ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਅਸੀਂ ਅੱਜ ਪਹੁੰਚੇ ਹਾਂ ਕਟਾਸ ਰਾਜ। ਸ੍ਰੀ ਕਟਾਸ ਰਾਜ ਦੇ ਵਿੱਚ ਅਸੀਂ ਸਾਡੇ ਓਨਰੇਬਲ ਗੈਸਟ ਡਾਕਟਰ ਦਲਵੀਰ ਸਿੰਘ ਪੰਨੂ USA ਤੋਂ ਪਹੁੰਚੇ ਨੇ। ਆਪਾਂ ਤੁਹਾਨੂੰ ਸਭ ਤੋਂ ਪਹਿਲੇ ਸ਼ਿਵਾਲਾ ਦਿਖਾਉਂਦੇ ਹਾਂ, ਜਿਹੜਾ ਕਿ ਇੱਥੇ ਦਾ ਸਭ ਤੋਂ ਤਵਾਰੀਖੀ ਸ਼ਿਵਾਲਾ ਜਿਹੜਾ ਮੰਨਿਆ ਜਾਂਦਾ, ਠੀਕ ਹੈ ਜੀ, ਜਿੱਥੇ ਬਕਾਇਦਾ ਤੌਰ 'ਤੇ ਪੂਜਾ ਵੀ ਹੁੰਦੀ ਹੈ। ਔਰ ਇੱਥੇ ਹਰ ਸਾਲ ਮਹਾਂਸ਼ਿਵਰਾਤਰੀ 'ਤੇ ਸੰਗਤਾਂ ਜਿਹੜੀਆਂ ਨੇ ਇੰਡੀਆ ਤੋਂ ਵੀ ਆਉਂਦੀਆਂ ਨੇ ਔਰ ਪੂਰੇ ਪਾਕਿਸਤਾਨ ਤੋਂ ਆ ਕੇ ਆਪਣਾ ਪੂਰਾ ਪੂਜਾ ਪਾਠ ਕਰਕੇ ਫਿਰ ਜਾਂਦੇ ਨੇ ਉਹ, ਠੀਕ ਹੈ ਜੀ। ਸ੍ਰੀ ਕਟਾਸ ਰਾਜ ਸ਼ਿਵਾਲਾ ਮੰਦਿਰ ਚੱਲਦੇ ਹਾਂ ਅੱਗੇ ਜੀ, ਔਰ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਬਹੁਤ ਜ਼ਿਆਦਾ ਸਾਰਾ ਕੁਛ ਹੈ ਇਹਦੇ 'ਚ। ਸੋ ਆਪਾਂ ਬਹੁਤ ਲੰਬੀ ਨਹੀਂ ਕਰਾਂਗੇ ਵੀਡੀਓ, ਲੇਕਿਨ ਇਹ ਕਿ ਤੁਹਾਨੂੰ ਇੰਨਾ ਕੁ ਤੁਸੀਂ ਕਟਾਸ ਰਾਜ ਟੈਂਪਲਸ ਦੇ ਵਿੱਚ ਕੰਪਲੈਕਸ ਦੇ ਅੰਦਰ ਕੀ ਹੈਗਾ ਅੱਜ ਮੋਟਾ ਮੋਟਾ ਤੁਹਾਨੂੰ ਇੱਕੋ ਵੀਡੀਓ ਦਿਖਾਉਣਾ ਚਾਹਾਂਗੇ ਅਸੀਂ, ਇੱਕ ਹੀ ਵੀਡੀਓ ਦੇ ਵਿੱਚ ਦਿਖਾਵਾਂਗੇ, ਕਿਉਂਕਿ ਇੱਦਾਂ ਵੈਸੇ ਆਪਾਂ ਕਦੀ ਕੀਤਾ ਤਾਂ ਨਹੀਂ ਹੈਗਾ। ਇਹ ਜੇਬ 'ਚ ਨਹੀਂ ਪੈਂਦਾ, ਇਹ ਸਾਰਾ ਕੁਝ ਜੇਬ 'ਚ ਨਹੀਂ ਪੈਂਦਾ, ਉਹਨੂੰ ਗਲੇ 'ਚ ਪੈਂਦਾ, ਪਾ ਲਓ ਹੁਣ ਇੱਥੇ ਉੱਧਰੋਂ ਤੇ ਹੋਵੋ ਨਾਲ ਨਾਲ ਗੱਲਬਾਤ ਕਰਦੇ ਨਾਲ। ਡਾਕਟਰ ਸਾਹਿਬ ਆ ਜਾਓ, ਲਓ ਜੀ। ਇਹ ਹਵਨ ਕੁੰਡ ਹੈ ਜੀ। ਇਹ ਹਾਲਾਂਕਿ ਆਰਕੀਟੈਕਚਰ ਅਗਰ ਤੁਸੀਂ ਦੇਖਿਆ ਜਾਏ, ਇਹ ਜਿਹੜੇ ਆਰਕੀਟੈਕਚਰ ਨੇ ਇਹ ਬਾਅਦ ਦੇ ਨੇ, ਔਰ ਇਹਨਾਂ ਦੇ ਵਿੱਚ ਸਪੈਸ਼ਲੀ 12 ਦਰੀ ਜਿਹੜੀ ਕੌਨਸੈਪਟ ਹੈ, 12 ਦਰੀ ਦਾ ਸਭ ਨੂੰ ਪਤਾ ਹੈ ਕਿ ਸਭ ਕੌਂਟੀਨੈਂਟ ਦੇ ਵਿੱਚ ਕਦੋਂ ਇੰਟਰੋਡਿਊਸ ਹੋਈ ਹੈ, ਲੇਕਿਨ ਇਹਦਾ ਜਿਹੜਾ ਆਰਕੀਟੈਕਚਰ ਬਾਅਦ ਦੇ ਵਿੱਚ ਕਾਫੀ ਰਿਪੇਅਰ ਹੋਇਆ, ਕਾਫੀ ਜਗ੍ਹਾ ਦੇ ਉੱਤੇ ਨਾਨਕ ਸ਼ਾਹੀ ਇੱਟ ਦੀ ਦਿਸ ਵੀ ਦਿਖਦੀ ਹੈ, ਠੀਕ ਹੈ ਜੀ। ਜਦੋਂ ਇਹ ਟੁੱਟੀ ਹੋਈ ਸੀ ਆਪਾਂ ਉਸ ਵੇਲੇ ਵੀ ਇਹਨੂੰ ਕਵਰ ਕਰਕੇ ਗਏ ਸੀ। ਜ਼ਿਆਦਾ ਜਿਹੜਾ ਇਸ ਜਗ੍ਹਾ ਦੀ ਮਾਨਤਾ ਹੈ ਉਹ ਹੈ ਸ਼ਿਵ ਜੀ ਦੇ ਅਥਰੂ ਤੋਂ, ਠੀਕ ਹੈ ਜੀ। ਸ਼ਿਵ ਜੀ ਦੇ ਜਿਹੜੇ ਅਥਰੂ ਨੇ ਉਹਨਾਂ ਦੀ ਵਜ੍ਹਾ ਨਾਲ ਇਹ ਪਲੇਸ ਨੂੰ ਜ਼ਿਆਦਾ ਸਕਰਿਟ ਮੰਨਿਆ ਜਾਂਦਾ, ਔਰ ਇੱਕ ਬਹੁਤ ਜ਼ਿਆਦਾ ਹੋਲੀ ਪਲੇਸ ਮੰਨਿਆ ਜਾਂਦਾ। ਕਹਿੰਦੇ ਨੇ ਕਿ ਮੋਸਟ ਇੰਪੋਰਟੈਂਟ ਪਲੇਸਿਸ ਆਫ ਆ ਹਿੰਦੂਇਜ਼ਮ ਦੇ ਵਿੱਚ ਸ੍ਰੀ ਕਟਾਸ ਰਾਜ ਦਾ ਬਹੁਤ ਵੱਡਾ ਨਾਮ ਹੈ, ਠੀਕ ਹੈ ਜੀ। ਔਰ ਅਗੇਨ ਕ੍ਰਿਸਟਲ ਕਲੀਅਰ ਵਾਟਰ, ਪਾਣੀ ਪਹਿਲੇ ਨਾਲੋਂ ਥੋੜ੍ਹਾ ਹੋ ਗਿਆ ਲੇਕਿਨ ਹੈਗਾ ਸਹੀ ਹੈ। ਪਹਿਲੇ ਬਹੁਤ ਪਾਣੀ ਹੁੰਦਾ ਸੀ ਇਹਦੇ 'ਚ, ਜਦੋਂ ਦਾ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਮੰਦਰ ਦੇ ਹੱਕ ਦੇ ਵਿੱਚ, ਉਹਦੀ ਵਜ੍ਹਾ ਨਾਲ ਕਾਫੀ ਜ਼ਿਆਦਾ ਜਿਹੜਾ ਹੈ ਅਸਰ ਪਿਆ ਇਸ ਚੀਜ਼ ਦੇ ਉੱਤੇ, ਔਰ ਪਾਣੀ ਵਾਪਸ ਆ ਗਿਆ, ਵਰਨਾ ਇਹ ਪਾਣੀ ਜਿਹੜਾ ਸੀ ਉਹ ਚੱਲਦਾ ਹੀ ਜਾ ਰਿਹਾ ਸੀ, ਘੱਟਦਾ ਜਾ ਰਿਹਾ ਸੀ ਪਾਣੀ ਇਸ ਤਲਾਬ ਦੇ ਵਿੱਚ। ਅਤੇ ਹੁਣ ਬਕਾਇਦਾ ਤੌਰ 'ਤੇ ਇਹਦਾ ਜਿਹੜਾ ਪਾਣੀ ਹੈ ਉਹ ਹਰ ਵਕਤ ਇਹਦੇ 'ਚ ਛੱਡਿਆ ਜਾਂਦਾ ਹੈ, ਤਾਂ ਕਿ ਇਹਦੀ ਜਿਹੜੀ ਬਰਕਰਾਰ ਰਹੇ, ਇਹਦੀ ਖੂਬਸੂਰਤੀ ਬਰਕਰਾਰ ਰਹੇ। ਸਾਰਾ ਕੁਛ ਦਾ ਜੋ ਆਪਾਂ ਤੁਹਾਨੂੰ ਦੇਖ ਰਹੇ ਹਾਂ, ਇਹ ਗੌਰਮੈਂਟ ਆਫ ਪਾਕਿਸਤਾਨ ਦਾ ਬਹੁਤ ਵੱਡਾ ਕਾਰਜ ਹੈ ਕਿ ਇਹਨਾਂ ਨੇ ਦੁਬਾਰਾ ਤੋਂ ਇਹਦਾ ਪਾਣੀ ਜਿਹੜਾ ਉਹ ਬਹਾਲ ਕੀਤਾ, ਔਰ ਬਕਾਇਦਾ ਤੌਰ 'ਤੇ ਲਾਗੇ ਜਿਹੜੀਆਂ ਸੀਮਿੰਟ ਫੈਕਟਰੀਆਂ ਨੇ ਉਹਨਾਂ ਨੇ ਨੋਟਿਸ ਜਾਰੀ ਕੀਤੇ, ਔਰ ਉਹਦੇ 'ਤੇ ਗੌਰਮੈਂਟ ਨੇ ਅਮਲ ਦਰਾਮਦ ਕਰਾਇਆ, ਠੀਕ ਹੈ ਜੀ। ਤੁਸੀਂ ਦੇਖੋ ਕਿੰਨਾ ਵਧੀਆ ਲੱਗ ਰਿਹਾ ਇੱਥੋਂ, ਤੁਸੀਂ ਅਗਰ ਦੇਖੋ ਅਮੇਜ਼ਿੰਗ ਟੈਂਪਲ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਭਾਅ ਜੀ, ਸੋ ਅਮੇਜ਼ਿੰਗ ਪਲੇਸ। ਇਹ ਜਿਹੜੀ ਹੈ ਕਹਿ ਲਓ ਤੁਸੀਂ ਕਟਾਸ ਰਾਜ, ਬਹੁਤ ਹੀ ਇੰਪੋਰਟੈਂਟ ਪਲੇਸ ਹੈ, ਖਾਸ ਕਰਕੇ ਮਹਾਂਭਾਰਤਾ ਕਥਾ ਜਿਹੜੀ ਹੈ ਉਹ ਇਸ ਜਗ੍ਹਾ ਨਾਲ ਜੁੜੀ ਹੋਈ ਹੈ। ਉੱਤੇ ਸ਼੍ਰੀ ਰਾਮਾ ਚੰਦਰਾ ਮੰਦਿਰ, ਹਵੇਲੀ ਜਨਰਲ ਹਰੀ ਸਿੰਘ ਨਲ